ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ। ਲਓ ਸੰਦੀਪ ਦੋਦੇ ਵਾਲੇ ਦੀ ਰੇਡ, ਚਾਰ ਜਾਫੀਆਂ ਦੇ ਵਿੱਚ ਹੁਣ ਕਿਹੜਾ ਨੌਜਵਾਨ ਕੋਸ਼ਿਸ਼ ਕਰੇਗਾ ਪਈ ਹੋਈ ਰੇਡ ਦੇ ਉੱਪਰ। ਇਸ ਲਈ ਪਹਿਲਾ ਡੇਢ ਪੁਆਇੰਟ ਦੋਦੇ ਵਾਲੇ 500 ਰੁਪਇਆ। ਦੋਨੋਂ ਸਾਈਡਾਂ ਤੋਂ ਜਿੰਨੇ ਜੱਫੇ ਲੱਗਣਗੇ, ਸਰਬਾ ਬੈਲਜੀਅਮ ਰਾਜੂ ਟਰੰਟੋ ਤੇ ਨਾਲ ਹੀਰਾ ਬੈਲਜੀਅਮ ਤੇ ਜੱਸੀ ਬੈਲਜੀਅਮ ਵੱਲੋਂ 500-500 ਦੇ ਮਾਨ ਸਨਮਾਨ ਕੀਤੇ ਜਾਣਗੇ। ਲਓ ਕਬੱਡੀ ਇਸ ਵੇਲੇ ਧਲੇਰ ਵਾਲੇ ਗੁਰੀ ਦੀ, ਦਿੜਬਾ ਮੰਡੀ ਤੇ ਦੂਸਰੇ ਪਾਸੇ ਧਨੌਲਾ ਜਲਦੀ ਦੇ ਨਾਲ ਸੈਕਿੰਡ ਸੈਮੀ ਫਾਈਨਲ ਦੇ ਲਈ ਗਰਾਊਂਡ ਦੇ ਵਿੱਚ ਆ ਜਾਓ ਦੀ ਧਰਤੀ ਦਾ ਮੇਰੇ ਵੀਰੋ। ਹਰਦੇਵ ਤੇ ਗੁਰੀ ਦੋਨੋਂ ਖਿਡਾਰੀਆਂ ਦੇ ਦਰਮਿਆਨ ਇਸ ਵੇਲੇ ਬੱਲੇ 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 ਉਹ ਫਰਵਾਹੀ ਵਾਲੇ ਜੇ ਸਵਾਲ ਆਇਆ ਤੇ ਲਲਕਾਰਾ ਮਾਰ ਦਿਓ। ਲਓ ਦੁਨੀਆ ਖੁਸ਼ ਹੈ। ਪਿਛਲੇ ਸਾਲ ਕਹਿੰਦੇ ਆ ਦੋਨੋਂ ਟੀਮਾਂ ਦਾ ਫਾਈਨਲ ਖੇਡਿਆ ਗਿਆ, ਇਹ ਸਾਲ ਪਹਿਲੇ ਸੈਮੀ ਫਾਈਨਲ ਦੇ ਵਿੱਚ ਮੇਰੇ ਵੀਰੋ ਟੱਕਰ ਹੈ। ਪਰ ਪਿਆਰ ਦੇ ਨਾਲ ਵੀਰੇ, ਪਿਆਰ ਦੇ ਨਾਲ ਓ ਯਾਰ ਆਹ ਕਿਹੜੀ ਗੱਲ ਹੋਈ। ਹੈਲੋ ਹਟਾ ਦੋ ਸਿੰਘ, ਹੈਲੋ ਵੀਰੇ ਯਾਰ ਹਟਾਓ, ਹਟਾ ਦੋ। ਉਹ ਕੁਛ ਨੀ ਹੁੰਦਾ ਯਾਰ, ਲੜਨ ਦੇ ਦੇਖੀ ਜਾਓ ਫਿਰ, ਕੱਢ ਲੈਣ ਦੇ ਗੁੱਪ। ਲੜਦਿਆਂ ਨੂੰ ਹਟਾਉਣਾ ਚਾਹੀਦਾ ਤੇ ਹੁਣ ਜੇ ਨਾ ਹਟਣ ਤੇ ਬਲਦੀ ਤੇ ਤੇਲ ਪਾਉਣਾ ਚਾਹੀਦਾ, ਨਹੀਂ ਪਾਉਣਾ ਚਾਹੀਦਾ। ਪਿਆਰ ਹੀ ਹੁਣ ਕਰੀਏ ਕਿ ਸਾਰਾ ਮਾਹੌਲ ਆ, ਦੋ ਤਿੰਨ ਬੰਦੇ ਲਾਓ ਸਾਹਮਣੇ। ਦੋਦੇ ਦੀ ਧਰਤੀ ਦਾ ਘੋੜਾ ਮੇਰੇ ਵੀਰੋ ਅਮਨਦੀਪ ਸਿੰਘ ਘੋੜਾ, ਦੋਦੇ ਦੀ ਧਰਤੀ ਦਾ ਲਾਓ ਦੋਦੇ ਵਾਲਾ ਘੋੜਾ ਮੇਰੇ ਵੀਰੋ। ਇਸ ਇੱਕ ਵਾਰੀ ਤਾੜੀਆਂ ਘੋੜੇ ਦੋਦੇ ਵਾਲੇ ਦੇ ਨਾਂ ਤੇ ਜ਼ੋਰਦਾਰ ਮਾਰ ਦਿਓ। ਲਓ ਅਗਲੀ ਰੇਡ, ਕਹਿੰਦੇ ਨੌਜਵਾਨ ਚੰਦਾ ਵਾਲਾ ਜੱਸਾ ਖੇਡ ਬਾਬਾ ਤੇਰੇ, ਇਹ ਲੱਖਾਂ ਵਰਗੇ ਹੈ ਬਾਬਾ ਜੀ, ਇਹ ਲੱਖਾਂ ਵਰਗੇ ਹੈ। ਕਿਹਦੇ ਲਈ ਹੈ? ਪਲੇਅਰਾਂ ਲਈ। ਦੋਨੋਂ ਟੀਮਾਂ ਨੂੰ 10-10 ਰੁਪਏ ਆਏ ਆ ਬਾਬਾ ਤੇਰਾ, 10 ਲੱਖ ਦਾ ਬੜਾ ਹੀ ਆਇਆ। ਲੈ ਵੀ ਫੜੀ ਨੌਜਵਾਨ ਜੱਸਾ ਚੰਦਾ ਵਾਲਾ, ਜੱਸਾ ਚੰਦ ਪੁਰਾਣੇ ਵਾਲਾ ਮੇਰੇ ਵੀਰ, ਤਕੜਾ ਨੰਬਰ ਜੋੜ ਗਿਆ। ਅਗਲੀ ਰੇਡ ਕੌਣ ਪਾ ਰਿਹਾ? ਇਹ ਅੰਦਰ ਜੀਤ ਦਾ ਵੀਰ ਮੇਰੇ ਵੀਰੋ। ਇਸ ਵੇਲੇ ਰਵੀ ਖੇਡ ਮੈਦਾਨ ਦੇ ਵਿੱਚ ਕਬੱਡੀ ਰਵੀ, ਆਓ ਹਰਦੇਵ ਫੱਕਰ ਝੰਡੇ ਵਾਲਾ, ਆਓ ਵਾਹ ਨੌਜਵਾਨ ਹੈ, ਕਮਾਲ ਹੈ। ਇਸ ਵੇਲੇ ਜੱਫਾ ਲੱਗੂ ਕਿ ਨਹੀਂ, ਗੱਲ ਸਮੇਂ ਦੀ ਤੇ ਪੁਆਇੰਟ। ਇਸ ਵੇਲੇ ਰਵੀ ਦੇ ਲਈ ਤਾੜੀਆਂ ਜ਼ੋਰਦਾਰ। ਰਵੀ ਵੀ ਕਹਿੰਦੇ ਕਮਾਲ ਦਾ ਰੇਡਰ ਹੈ, ਕਮਾਲ ਦਾ ਰੇਡਰ ਹੈ। ਪਿੰਦਰੀ ਮਨੀਲਾ, ਕੁਲਦੀਪ ਮਨੀਲਾ, ਜਗਤਾਰ ਜੂਕੇ ਵੱਲੋਂ ਕਲਸੀਆਂ ਵਾਲੇ ਜਿੰਨੇ ਜੱਫੇ ਲਾਉਣਗੇ ਉਨੇ 500-500 ਹੋਣਗੇ ਮੇਰੇ ਵੀਰੋ। ਵਾਹ ਨੌਜਵਾਨ, ਲਾਓ ਦੋਦੇ ਵਾਲਾ ਬੈਕ ਭਾਈ ਦਾ ਰਸੂਰਪੁਰੀਏ ਕਾਲੂ ਦੀ ਤਰ੍ਹਾਂ ਹੈ ਨੇ, ਕਮਾਲ ਦਾ ਰੇਡਰ ਸੰਦੀਪ ਦੋਦੇ ਵਾਲਾ। ਗੁਰੀ ਧਲੇਰ ਵਾਲਾ ਕਬੱਡੀ ਭਾਰ ਹੈ। ਦਿੜਬਾ ਮੰਡੀ ਵਰਸੇ ਧਨੌਲਾ, ਜਲਦੀ ਦੇ ਨਾਲ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਦਿੜਬਾ ਮੰਡੀ ਤੇ ਧਨੌਲਾ ਬਿਨਾਂ ਕਿਸੇ ਦੇਰੀ ਤੇ ਪਲੀਜ਼ ਹੱਥ ਬੰਨ ਕੇ ਬੇਨਤੀ ਦੋਨੋਂ ਟੀਮਾਂ ਨੂੰ। ਲਓ ਘੋੜਾ ਦੋਦੇ ਵਾਲਾ ਤੇ ਧਲੇਰ ਵਾਲਾ ਗੁਰੀ, ਇਸ ਵੇਲੇ ਬੱਲੇ 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 ਪੁਆਇੰਟ ਇਸ ਲਈ ਰੇਡਰ ਦਾ ਮੇਰੇ ਵੀਰੂ, ਪੁਆਇੰਟ ਗੁਰੀ ਧਲੇਰ ਦਾ ਹੈ, ਜੰਟਾ ਮੌੜ ਮਾਪੇ ਦੀ ਧਰਤੀ ਦਾ। ਅਗਲੀ ਰੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਬਾਲੀ ਮਹਿਲ ਖੁਰਦ, ਨੋਨੀ ਹੁਣਾਂ ਦਾ, ਗੁਰੀ ਹੁਣਾਂ ਦਾ, ਨੀਟੂ ਜੱਗੇ ਹੁਣਾਂ ਦਾ, ਬੱਬੂ ਪ੍ਰੀਤ ਤੇ ਰੂਬਲ ਤੇ ਬਲਜੀਤ ਰੂਪਾ ਆੜੀ ਉਹਨਾਂ ਦਾ ਧੰਨਵਾਦ ਹੈ। ਕਲਸੀਆਂ ਵਾਲੇ 500 ਹੈ ਸਾਹਮਣੇ ਨਿੰਮਾ। ਇਸ ਲਈ ਪੁਆਇੰਟ ਮੌੜ ਨਾਭੇ ਵਾਲੇ ਜੰਟੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ, ਜੰਟਾ ਮੌੜ ਨਾਭੇ ਦੀ ਧਰਤੀ ਦਾ। ਮੁੰਡਾ ਆਇਆ ਰੁਪਿੰਦਰ ਦੋਦੇ ਵਾਲਾ, ਲੈ ਵੀ ਰੁਪਿੰਦਰ ਹੱਥ ਖੜਾ ਕਰ ਵੀ ਨੌਜਵਾਨ ਹੈ, ਤਾੜੀਆਂ ਜ਼ੋਰਦਾਰ ਮਾਰ ਦਿਓ। ਰੁਪਿੰਦਰ ਦੋਦੇ ਵਾਲਾ ਮਹਾਨ ਖਿਡਾਰੀ, ਅੱਜ ਬੇਸ਼ੱਕ ਨਹੀਂ ਖੇਡ ਰਿਹਾ, ਸਿਹਤ ਨਹੀਂ ਠੀਕ, ਪਰ ਕਹਿੰਦੇ ਆਪਣੀ ਟੀਮ ਦੇ ਨਾਲ ਪੁੱਜਿਆ। ਲਓ ਸਾਹਮਣੇ ਮੇਰੇ ਵੀਰੋ ਰਵੀ ਹਰਦੇਵ, ਇਹ ਹੈ ਕਾਲਾ ਮੇਰੇ ਵੀਰੋ, ਦੋਦੇ ਵਾਲਾ ਕਾਲਾ ਹੈ। ਇਸ ਲਈ ਲਾ ਰਿਹਾ ਤਕੜਾ ਜੱਫਾ ਹੈ ਮੇਰੇ ਵੀਰੋ, 500 ਦਿੱਤਾ ਜਾਣਾ ਹੈ ਮੇਰੇ ਵੀਰੋ। ਹੀਰਾ ਬੈਲਜੀਅਮ, ਜੱਸੀ ਬੈਲਜੀਅਮ, ਸਰਬਾ ਤੇ ਨਾਲ ਰਾਜੂ ਬੈਲਜੀਅਮ ਟਰੰਟੋ। ਲਓ ਸਾਹਮਣੇ ਦੋਦੇ ਵਾਲਾ ਕਾਲਾ ਮੇਰੇ ਵੀਰੋ, ਤਕੜਾ ਮੈਚ ਹੈ ਦੋਨੋਂ ਟੀਮਾਂ ਦੇ ਦਰਮਿਆਨ। ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਕਹਿੰਦੇ ਇਹ ਹੈ ਜੱਸਾ ਮੇਰੇ ਵੀਰੋ, ਜੱਸਾ ਨੌਜਵਾਨ ਚੰਦ ਪੁਰਾਣੇ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਚਾਰ ਜਾਫੀਆਂ ਵਿੱਚ ਹੁਣ ਕਿਹੜਾ ਨੌਜਵਾਨ
ਜੌਂਟੀ ਕਲਸੀਆਂ ਵਾਲਾ ਤੇ ਜੱਸਾ ਚੰਨਾ ਵਾਲਾ ਦੋਨੋਂ ਖਿਡਾਰੀਆਂ ਦੇ ਦਰਮਿਆਨ ਪਈ ਹੋਈ ਟੱਕਰ ਲੱਗਿਆ ਪਿਆ ਜ਼ੋਰ ਚੰਨਾ ਵਾਲਾ ਜੱਸਾ ਮੇਰੇ ਵੀਰੋ ਪੁਆਇੰਟ ਇਸ ਲਈ ਜੱਸੇ ਨੇ ਧਨੌਲਾ ਟੀਮ ਦੇ ਲਈ ਜ਼ੋਰ ਦਿੱਤਾ ਧਨੌਲਾ ਮੰਡੀ ਤੇ ਦਿੜਬਾ ਮੰਡੀ ਧਨੌਲਾ ਤੇ ਦਿੜਬਾ ਉਹ ਮਾਰਿਓ ਇੱਕ ਵਾਰੀ ਲਲਕਾਰਾ ਫਿਰ ਬੁਲਾਇਓ ਟੀਮਾਂ ਨੂੰ ਦਰਸ਼ਕ ਵੀਰੋ ਲਓ ਸਾਹਮਣੇ ਇਸ ਵੇਲੇ ਪਈ ਹੋਈ ਰੇਡ ਮਿੱਤਰੋ ਇਹ ਹੈ ਨੌਜਵਾਨ ਗੱਭਰੂ ਕਾਕਾ ਕਲਸੀਆਂ ਦੀ ਧਰਤੀ ਦਾ ਅਮਨਦੀਪ ਘੋੜਾ ਹੈ ਦੋਦੇ ਦੀ ਧਰਤੀ ਦਾ ਇਸ ਵੇਲੇ ਦੋਦੇ ਵਾਲਾ ਘੋੜਾ ਗੁੱਟ ਤੇ ਬੱਜੀ ਹੋਈ ਕੈਂਚੀ ਘੋੜੇ ਦੀ ਪਰ ਦੇਖੋ ਸਾਹਮਣੇ ਨੌਜਵਾਨ ਧਾਵੀ ਨੇ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਸੰਦੀਪ ਦੋਦੇ ਵਾਲੇ ਦੀ ਰੇਡ ਪ੍ਰਧਾਨ ਸਾਹਿਬ ਖੁਸ਼ ਹੈ ਰਾਮ ਸਿੰਘ ਜੀ ਐਨ ਕਹਿੰਦੇ ਬੱਲੇ ਬੱਲੇ ਹੋਈ ਪਈ ਹੈ ਦੋਦੇ ਵਾਲਾ ਸੰਦੀਪ ਕਬੱਡੀ ਪਾ ਰਿਹਾ ਹੈ ਸੰਦੀਪ ਹੈ ਪੂਰਾ ਨਾਂ ਸੁਖਦੀਪ ਹੈ ਪਰ ਸੰਦੀਪ ਕਰਕੇ ਪ੍ਰਸਿੱਧੀ ਮਿਲੀ ਹੈ ਘੋੜੇ ਦਾ ਵੀਰ ਹੈ ਸਾਹਮਣੇ ਇੰਦਰਜੀਤ ਕਲਸੀਆਂ ਵਾਲਾ ਕਰਦਾ ਕੋਸ਼ਿਸ਼ ਲਓ ਘੋੜਾ ਇਹ ਹੈ ਘੋੜੇ ਦਾ ਵੀਰ ਕਲਸੀਆਂ ਵਾਲੇ ਜਿੰਨੇ ਵੀ ਜਫੇ ਲਾਉਣਗੇ ਬਿੰਦਰੀ ਮਨੀਲਾ ਜਗਤਾਰ ਜੁਕੇ ਤੇ ਕੁਲਜੀਤ ਕੁਲਦੀਪ ਜੁਕੇ ਵੱਲੋਂ ਮੇਰੇ ਵੀਰੋ 1500 ਅਗਲੀ ਰੇਡ ਨੌਜਵਾਨ ਗੁਰੀ ਧਲੇਰ ਵਾਲਾ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਮੇਰੇ ਵੀਰੋ ਗੁਰੀ ਧਲੇਰ ਵਾਲੇ ਦੀ ਕਬੱਡੀ ਹੈ ਲੈ ਵੀ ਸਰਬਿਆ ਦੇਖ ਨਜ਼ਾਰਾ ਤੇਰੇ ਕੱਪ ਦਾ ਬੈਲਜੀਅਮ ਤੋਂ ਆਇਆ ਕਹਿੰਦੇ ਸਰਬਾ ਸਾਡਾ ਮਾਣ ਕਰਦਾ ਮੇਰੇ ਵੀਰੋ ਕਬੱਡੀ ਦੇ ਖਿਡਾਰੀਆਂ ਦਾ ਲਓ ਗੁਰੀ ਧਲੇਰ ਵਾਲਾ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਜੰਟੇ ਮੌੜ ਨਾਭੇ ਵਾਲੇ ਦੀ ਕਬੱਡੀ ਤੇ ਜਲਾਲ ਵਾਲਾ ਗੱਲ ਕਰਦਾ ਹੋਇਆ ਲਓ ਜੰਟਾ ਮੌੜ ਨਾਭੇ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਮੇਰੇ ਵੀਰੋ ਜੰਟਾ ਮੌੜ ਨਾਭੇ ਵਾਲਾ ਨਾਭੇ ਦੀ ਬੰਦ ਬੋਤਲੇ ਲਓ ਸਾਹਮਣੇ ਇੰਦਰਜੀਤ ਸਿੰਘ ਨਾਮ ਹੈ ਇੰਦਰਜੀਤ ਇਹ ਹੈ ਕਰਮੇ ਲੀਲਾ ਵਾਲੇ ਦਾ ਚੰਡਿਆ ਹੋਇਆ ਭਲਵਾਨ ਦਾ ਮੇਰੇ ਵੀਰੋ ਇੰਦਰਜੀਤ ਕਲਸੀਆਂ ਵਾਲਾ ਤਕੜਾ ਜਫਾ ਲੱਗ ਗਿਆ ਆਪਣੀ ਟੀਮ ਦੇ ਲਈ ਉਧਰ ਲਾਲੀ ਸਰਦਾਰ ਕੋਠਿਆਂ ਵਾਲਾ ਪੁੱਜਿਆ ਹੈ ਮੇਰੇ ਵੀਰੋ ਕੋਠਾ ਗੁਰੂ ਦੀ ਧਰਤੀ ਦਾ ਕਹਿੰਦੇ ਲਾਲੀ ਸਰਦਾਰ ਸਾਡਾ ਵੀਰ ਪੁੱਜਿਆ ਹੋਇਆ ਸਤਿਕਾਰ ਕਮੇਟੀ ਵਾਲਾ ਉਹਨਾਂ ਦੀ ਧੰਨਵਾਦ ਹੈ ਸਲਾਮ ਹੈ ਉਹਦੀ ਸੋਚ ਨੂੰ ਲਓ ਸਾਹਮਣੇ ਇਸ ਵੇਲੇ ਰਵੀ ਦੀ ਕਬੱਡੀ ਪੈ ਰਹੀ ਹੈ ਚੌ ਜਾਫੀਆਂ ਵਿੱਚੋਂ ਹੁਣ ਕਿਹੜਾ ਨੌਜਵਾਨ ਕੋਸ਼ਿਸ਼ ਕਰੇਗਾ ਭਾਈ ਹੁਣ ਰੇਡ ਹਰਦੇ ਫਕਰ ਝੰਡੇ ਦੀ ਧਰਤੀ ਦਾ ਕੋਸ਼ਿਸ਼ ਕਰ ਰਿਹਾ ਪਰ ਰਵੀ ਉਹ ਆ ਮੁੰਡੇ ਲਈ ਤਾੜੀਆਂ ਮਾਰ ਦੋ ਦਰਸ਼ਕ ਵੀਰੋ ਲਓ ਅਗਲੀ ਰੇਡ ਨੌਜਵਾਨ ਜੱਸਾ ਇਹ ਹੈ ਜੱਸਾ ਮੇਰੇ ਵੀਰੋ ਹੈਪੀ ਸਿੱਧੂ ਵੀ ਇੱਕ ਨੰਬਰ ਨੋਟ ਕਰ ਰਿਹਾ ਹੈ ਕਬੱਡੀ 365.com ਤੇ ਹੈਪੀ ਸਿੱਧੂ ਪ੍ਰਦੀਪ ਟਹਿਰੇ ਹੋਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਨ੍ਹਾਂ ਦੀ ਵੈਬਸਾਈਟ ਦੁਨੀਆਂ ਦੇ ਵਿੱਚ ਵੱਡਾ ਨਾਮ ਬਣਿਆ ਹੈ ਅੱਜ ਦੁਨੀਆਂ ਦੇ ਵਿੱਚ ਲਾਈਵ ਦਿਖਾਇਆ ਜਾ ਰਿਹਾ ਹੈ ਮਾਣੂਕੇ ਵਾਲੇ ਸੇਵਕ ਦਾ ਕੈਮਰਾ ਘੁੰਮ ਰਿਹਾ ਹੈ ਔਰ ਕਬੱਡੀ ਪਾਉਣ ਦੇ ਲਈ ਕਮਲ ਇਸ ਵੇਲੇ ਕਲਸੀਆਂ ਦੀ ਟੀਮ ਵੱਲੋਂ ਵੱਧ ਰਿਹਾ ਹੈ ਅੰਮ੍ਰਿਤਪਾਲ ਪੁਰਾਣ ਵੀ ਪੁੱਜਿਆ ਹੋਇਆ ਬਠਿੰਡੇ ਵਾਲ ਕਬੱਡੀ ਕਹਿੰਦੇ ਉਸ ਵੇਲੇ ਕਮਲ ਦੀ ਪੈ ਰਹੀ ਹੈ ਕੱਲ ਦੀ ਤਰੀਕ ਕਹਿੰਦੇ ਨਿਯਾਮਦੀਰਪੁਰ ਦੇ ਵਿੱਚ ਰੌਣਕਾਂ ਲੱਗਣਗੀਆਂ ਲਓ ਬਾਲੀਆਂ ਵਾਲਾ ਹਰਦੀਪ ਕਹਿੰਦਾ ਵੀ ਜਿਹੜਾ ਦੋ ਜੱਫੇ ਸੰਦੀਪ ਨੂੰ ਲਾਓ ਤੇ ਆਪਾਂ 500 ਦੇ ਮਾਣ ਕਰਾਂਗੇ ਪਰ ਸਾਹਮਣੇ ਕਾਲਾ ਤੋਤੇ ਵਾਲਾ ਇਸ ਵੇਲੇ ਨੌਜਵਾਨ ਕਮਾਲ ਕਰਦਾ ਹੋਇਆ ਜੱਫਾ ਲਾ ਕੇ ਮੇਰੇ ਵੀਰੋ ਲੱਗਿਆ ਪਿਆ ਜੋਰ ਤਾੜੀਆਂ ਦਰਸ਼ਕ ਵੀਰ ਮਾਰਨਗੇ ਵੀ ਤੋਤੇ ਦੀ ਟੀਮ ਦਾ ਕਾਲਾ ਇਸ ਵੇਲੇ ਵਾਹ ਪੁਆਇੰਟ ਆਪਣੀ ਟੀਮ ਦਾ ਬਾਲੀ ਮਹਿਲ ਖੁਰਦ ਨੋਨੀ ਗੁਰੀ ਹੋਣੀ ਨੀਟੂ ਹੋਣੀ ਬੱਬੂ ਹੋਣੀ ਪ੍ਰੀਤ ਤੇ ਰੂਪਲ ਹੋਣੀ ਵੱਡਾ ਮਾਣ ਪੁੱਜਦਾ ਕਰਦੇ ਹੈ ਲਓ 1500 ਦਾ ਜੱਫਾ ਲੱਗਣਾ ਕਲਸੀਆਂ ਵਾਲੇ ਜੱਫਾ ਲਾਉਣਗੇ ਬਿੰਦਰੀ ਮਨੀਲਾ ਕੁਲਦੀਪ ਤੇ ਜਗਤਾਰ ਜੋਕੇ ਵੱਲੋਂ ਰਾਮ ਪ੍ਰਧਾਨ ਵੱਲੋਂ ਜਿਹੜੇ ਦੋਦੇ ਵਾਲੇ ਦੀ ਖੇਡ ਨੂੰ ਪਿਆਰ ਕਰਦੇ ਹੈ ਸੰਦੀਪ ਦੀ ਖੇਡ ਨੂੰ ਪਿਆਰ ਕਰਦੇ ਤਾੜੀਆਂ ਮਾਰ ਰਹੀਏ ਦਰਸ਼ਕ ਦਿੜਬਾ ਮੰਡੀ ਤੇ ਧਨੌਲਾ ਵੀ ਹਜੇ ਤੱਕ ਟੀਮਾਂ ਆਈਆਂ ਗਰਾਊਂਡ ਦੇ ਵਿੱਚ ਦਿੜਬਾ ਮੰਡੀ ਤੇ ਧਨੌਲੇ ਨੂੰ 1/2 ਮਿੰਟ ਦਾ ਟਾਈਮ ਹੈ ਗਰਾਊਂਡ ਦੇ ਵਿੱਚ ਆ ਜਾਣ ਲਓ ਗੁਰੀ ਧਲੇਰ ਵਾਲਾ ਅਮਨਦੀਪ ਨੂੰ ਕਹਿੰਦੇ ਘੋੜਾ ਕਹਿੰਦੀ ਹੈ ਦੁਨੀਆ ਆ ਦਾ ਦੇ ਨਾਲ ਜੰਡ ਵਾਲੇ ਨੇ ਦੁਨੀਆ ਦੇ ਸਟਾਰਾਂ ਨੂੰ ਟੱਕਿਆ ਪਰ ਦੋਦੇ ਵਾਲੇ ਨੇ ਗੁੱਟ ਤੇ ਕੈਂਚੀ ਲਾਈ ਹੈ ਮੇਰੇ ਵੀਰੋ ਔਰ ਸਾਹਮਣੇ ਇਸ ਵੇਲੇ ਗੁਰੀ ਧਲੇਰ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰ ਰਿਹਾ ਹੋਇਆ ਅਗਲੀ ਰੇਡ ਇਸ ਵੇਲੇ ਜੱਸੇ ਦੀ ਚੰਦ ਪੁਰਾਣੇ ਵਾਲੇ ਜੱਸੇ ਦੀ ਕਬੱਡੀ ਪੈ ਰਹੀ ਹੈ ਉਧਰ ਇੰਦਰਜੀਤ ਹੈ ਅਮਨ ਹੈ ਰਾਜਾ ਘੋੜਾ ਤੇ ਜੁੰਟੀ ਹੈ ਮੇਰੇ ਵੀਰੋ ਲਓ ਸਾਹਮਣੇ ਇਸ ਵੇਲੇ ਮੇਰੇ ਵੀਰੋ ਜੱਸਾ ਦੇ ਨੌਜਵਾਨ ਇੰਦਰਜੀਤ
ਇੰਦਰਜੀਤ ਕਲਸੀਆਂ ਵਾਲਾ ਫੁੱਲਾਂ ਵਾਲੀ ਆ ਤਕੜੀ ਕਬੱਡੀ ਖੇਡਿਆ ਪੁਆਇੰਟ ਜੱਸੇ ਦਾ ਪੁਆਇੰਟ ਜੱਸੇ ਦਾ ਮੈਚ ਸਮਾਪਤ ਹੈ ਮੇਰੇ ਵੀਰੋ ਲੈ ਵੀ ਬਲਾਨ ਸਾਹਿਬ ਦੱਸੀ ਵੀ ਕਿਹਦੇ ਕਿੰਨੇ ਜੱਫੇ ਹੈ ਚਾਰ ਜੱਫੇ ਦੋਦੇ ਦੇ 2000 ਰੁਪਇਆ ਦੇ ਰਹੇ ਹੋ ਜੀ ਸਰਬੇ ਤੇ ਜੱਸੀ ਉਹਨਾਂ ਨੂੰ ਬੇਨਤੀ ਹੈ ਸਰਦਾਰ ਦਰਸ਼ਨ ਸਿੰਘ ਸਿੱਧੂ ਤੇ ਸਰਦਾਰ ਕੌਰ ਸਿੰਘ ਦਾ ਪਰਿਵਾਰ ਹੈ ਹੀਰਾ ਬੈਲਜੀਅਮ ਨਾਲ ਇੱਧਰ ਕਹਿੰਦੇ ਸਰਬੇ ਹੋਣੀ ਰਾਜੂ ਟਰੰਟੋ ਹੋਣੀ ਮਾਣ ਕਰਦੇ ਆ 2000 ਰੁਪਇਆ ਫੜਿਓ ਆਹ 500 ਸੰਦੀਪ ਦਾ ਤੇ ਦੂਜੇ ਪਾਸੇ ਇੱਧਰ ਕਿੰਨੇ ਜੱਫੇ ਹੈ ਇੱਧਰ ਇੱਕ ਜੱਫਾ 500 ਦੇ ਦਿਓ ਆਹ 2500 ਫੜੇ 500 13 2000 ਜੱਫਿਆਂ ਦਾ ਕੌਣ ਜਿੱਤਿਆ ਜੀ ਰਿਜ਼ਲਟ ਦਿਓ ਰਿਜ਼ਲਟ 7 ਪੁਆਇੰਟ ਨੇ ਕਲਸੀਆਂ ਦੇ ਤੇ 14.5 ਪੁਆਇੰਟ ਨੇ ਦੋਦੇ ਦੇ ਦੋਦਾ ਜੇਤੂ ਰਹੀ ਤਾੜੀਆਂ ਜ਼ੋਰਦਾਰ ਮਾਰ ਦਿਓ ਦਰਸ਼ਨ ਸਿੰਘ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ kabaddi365.com ਤੇ ਅਸੀਂ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਰੋਜ਼ ਦੀ ਤਰ੍ਹਾਂ ਅੱਜ ਵੀ ਸਾਡੇ ਇਸ ਲਾਈਵ ਨੂੰ ਲਗਾਤਾਰ ਦੇਖ ਰਹੇ ਹੋ ਤੁਹਾਨੂੰ ਰਿਕੁਐਸਟ ਹੈ ਕਿ ਜੇਕਰ ਤੁਸੀਂ ਸਾਡੇ YouTube ਦੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਸ ਲਾਲ ਬਟਨ ਤੇ ਕਲਿੱਕ ਕਰਕੇ ਸਾਡੇ YouTube ਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਉਸ ਤੋਂ ਬਾਅਦ ਘੰਟੀ ਦੇ ਬਟਨ ਤੇ ਵੀ ਕਲਿੱਕ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਚਲੋ ਤੁਸੀਂ ਇਸ ਚੱਲ ਰਹੇ ਲਾਈਵ ਨੂੰ ਇੰਜੋਏ ਕਰੋ ਔਰ ਸਾਡੀ ਇਸ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਹੀਂ ਭੁੱਲਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿਹੜੀਆਂ ਟੀਮਾਂ ਵੀਰ ਜੀ ਤੁਸੀਂ ਅਨਾਊਂਸ ਕਰ ਦਿਓ ਕਰਿਆੜਾ ਤੇ ਬਦਰਾ ਕਰਿਆੜ ਵਾਲਾ ਤੇ ਬਦਰਾ ਇਹਨਾਂ ਟੀਮਾਂ ਦੇ ਦਰਮਿਆਨ ਕਬੱਡੀ 65 ਕਿਲੋ ਦਾ ਫਾਈਨਲ ਹੋਵੇਗਾ ਇਹ ਵੀ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ ਬਾਈ ਸਾਡੇ ਪ੍ਰਬੰਧਕ ਕਹਿੰਦੇ ਨੇ ਜੇ ਸਾਨੂੰ ਮੈਚ ਸਾਂਝਾ ਲੱਗਿਆ ਤਾਂ ਅਸੀਂ ਦੋਨੇ ਟੀਮਾਂ ਕੱਟਾਂਗੇ ਲਓ ਟੀਮ ਜਲਦੀ ਨਾ ਪੁੱਜ ਜਾਵੇ ਦਿੜਬਾ ਪਹੁੰਚ ਚੁੱਕੀ ਹੈ ਧਨੌਲਾ ਕਿਉਂ ਨਹੀਂ ਆ ਰਹੀ 1 ਫਰਵਰੀ ਮਰੇਲ ਕੋਟਲੇ ਦੇ ਕਬੱਡੀ ਕੱਪ ਦੀ ਹੈ ਮੇਰੀ ਵੀਰੋ ਦਵਿੰਦਰ ਸਰਪੰਚ ਵੱਲੋਂ ਸੱਦੇ ਹੈ